Sardar Balrai Singh Sandhu visit his native village check 521 gigabytes wrong size special thanks random answer somebody and girls. चढ़ गए पंजाब तो लेंगे आलियांदे ने लेंदे पंजाब वाले दुखड़े वंडांदे सीने नाले लाण बैठिया तैयार आए सिख सरदार आए सोने सिख सरदार आए सोने सिख सरदार धरती मोहब्बत वाली चाहे मुड़ जांदे दिल थे छड़ जांदे ने जेड़िए थे ओन तुरोके जेड़िए थे ओन तुरोके टागे ओ दीवार दिया आए सिख सरदार दिया आए सोने सिख सरदार असलाम वालेकुम सत श्री अकाल प्रणाम दोस्तों मैं नासर कसाणा और तुसी देख रहे हो चैनल एक पिंड पंजाब दा ते अज असी अपने चढ़दे पंजाब तो आए हुए मेहमानां नूं लैके पहुंचे हैं चक नंबर 521 गाहबे विच। यह पिंड गोजरा ते टोबा दे बिल्कुल सजी साइड ते पैंदा है विचाले जे नूं करके 1947 दी वंड तो पहले सरदार बलराज सिंह हुणा दे वटके जिहड़े आ उह इस पिंड चों उठ के गए सी ते अज असी तुहानूं सारे पिंड दी सैर वी करावांगे साढ़े नाल जुड़े रहो। जेकर तुसी भी अपने जद्दी पिंड दी वीडियो देखनी चाहते हैं तो साढ़े दिते हुए नंबर ते साढ़े नाल राबता कीता जा सकदा जी। दोनों भाई ए वडेरे साडे दसदे सी अर्जन भलवान सीगा छगिरदा जिहड़ा साथ सी ओहदे मुंडे इत्थे हैगे आ पोते राजपुराणी सी मोहाली सिंह सी उन्हां दा नाम अमृतसर रहिंदे हुंदे सी ओह साडी ते उन्हां दी साडे दादा जी रिहाइश सी ना ओह कट्ठी सीगी पिंड दे विच गवांढी सीगे ते बड़े उन्हां नाल प्यार सीगा कट्ठे रहिंदे रहे आ ओह सानूं इत्थे मिल भी हुंदे रहे ते पिछे जदों हालात थोड़े इंडिया दे खराब होए आ ओह फेर हटिया नहीं तो ओह दो चार दफा मिलन आए आ ओह सानूं मिलन वास्ते आए आ जलंधर जिले तो पिंड मैथपुर दे कोल आ पंजाब दा ही हां जलंधर जिले दे विच पंजाब दे विच ਹੁਣ ਅਮਰੀਕਾ ਚ ਰਹਿੰਦੇ ਅਸੀਂ ਹਾਂ ਅਮਰੀਕਾ ਸ਼ਾਟਲ ਦੇ ਵਿੱਚ ਮਿਸਤਰੀ ਸਾਦਕ ਜੀ ਸਾਡੇ ਬਜ਼ੁਰਗਾਂ ਦਾ ਨਾਂ ਬਾਬਾ ਬਦਰਦੀਨ ਅੱਛਾ ਤੇ ਮੇਹਰਦੀਨ ਤੋਂ ਬਾਅਦ ਅੱਛਾ ਜੀ ਇਹ ਸਾਰੇ ਬੰਦੇ ਵਾਕਫ ਸੀ ਤੁਹਾਡੇ ਸਾਡੇ
ਬਾਬਾ ਜੀ ਜਿਹੜੇ ਸੀ ਬਜ਼ੁਰਗ ਸਾਡੇ ਦਾਦਾ ਜੀ ਹਾਂਜੀ ਉਹ ਦੂਲਾ ਸਿੰਘ ਸੀ ਹਾਂਜੀ ਇਹ ਮੇਰੀ ਭੈਣ ਆ ਨਾਲ ਮੇਰੇ ਹਾਂਜੀ ਸਾਡੇ ਬਾਪ ਦਾ ਨਾਂ ਹਰਬੰਸ ਸਿੰਘ ਸੀ ਹਾਂਜੀ ਜਿਹੜੇ ਤੁਹਾਡੇ ਬਜ਼ੁਰਗ ਸੀਗੇ ਉਹ ਕੁਸ਼ਤੀ ਕਰਦੇ ਸੀ ਹਾਂ ਕੁਸ਼ਤੀ ਲੜਦੇ ਸੀ ਹਾਂਜੀ 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 ਉਹਨਾਂ ਦਾ ਫਿਰ ਇੱਥੇ ਕਤਲ ਹੋ ਗਿਆ ਹਾਂਜੀ ਹਾਂਜੀ ਉੱਥੇ ਕਬਰਸਤਾਨ 'ਚ ਹਾਂ ਹਾਂਜੀ ਹਾਂ ਸਾਨੂੰ ਦੱਸਦੇ ਨੇ ਸਾਡੇ ਬਜ਼ੁਰਗ ਅੱਛਾ ਉਹਨਾਂ ਸਾਨੂੰ ਸਾਰਾ ਕੁਛ ਦੱਸਿਆ ਆ ਵੀ ਉਹ ਇੱਦਾਂ ਦਾ ਭੂਲਾ ਸਿੰਘ ਨਾ ਉੱਥੇ ਕਈਆਂ ਬੰਦਿਆਂ ਦਾ ਰਲ ਕੇ ਉਹਨੂੰ ਮਾਰਿਆ ਸੀਗਾ ਬਰਛੀਆਂ ਨਾਲ ਹਾਂਜੀ ਹਾਂਜੀ ਨਹਿਰ ਕਬਰਸਤਾਨ ਖਾਲਾ ਸੀਗਾ ਉਰਲੇ ਪਾਸੇ ਉੱਥੇ ਉਹਨਾਂ ਨੇ ਉਹਨਾਂ ਨੂੰ ਮਾਰਿਆ ਸੀਗਾ ਭਲਵਾਨ ਸੀਗੇ ਉਹ ਭਲਵਾਨ ਸੀਗੇ ਹਾਂਜੀ ਹਾਂਜੀ ਹੋਰ ਜਨਾਬ ਸਭ ਖੈਰ ਕਰੀਏ ਠੀਕ ਹੈ ਚਲੋ ਮਿਲਦੇ ਹਾਂ ਸਾਡਾ ਘਰ ਕਿਹੜਾ ਸੀਗਾ ਪਤਾ ਸੀ ਕੋਈ ਨਹੀਂ ਜੀ ਸਾਹਿਤ ਉਦੋਂ ਸਾਨੂੰ ਨਹੀਂ ਗਾ ਪਤਾ ਨਹੀਂ ਉਹਨਾਂ ਨੇ ਤੁਹਾਡੇ ਬਜ਼ੁਰਗਾਂ ਨੇ ਦੱਸਿਆ ਹੋਊਗਾ ਰਸਾਲਦਾਰ ਦਾ ਹਾਤਾ ਨਮਾਜ਼ੀਆਂ ਵਾਲਾ ਹਾਤਾ ਬਾਬੇ ਮਾਸਟਰ ਰਫੀਕ ਹੋਣ ਵਾਲਾ ਹਾਤਾ ਸੀਗਾ ਹਾਂਜੀ ਉਹ ਜੀ ਨਾ ਕੋਈ ਇਮਰਾਨ ਸ਼ਰਾਜ਼ੀ ਉਹਦੇ ਨਾਲ ਉਹਨਾਂ ਦਾ ਕੋਈ ਸੋਇਆਬੀਨ ਦਾ ਕੰਮ ਕਰਦੇ ਜੀ ਉਹਨਾਂ ਨੇ ਨਵੀਆਂ ਬੈਠਕਾਂ ਬੁਠਕਾਂ ਬਣਾਈਆਂ ਸੀਗੀਆਂ ਹਾਂਜੀ 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 ਬਹੁਤ ਬੜਾ ਗੇਟ ਸੀਗਾ ਕੰਮ ਅਜ ਕੰਮ ਉਹਨੂੰ 6-7 ਮਣ ਤੇ ਕੇਲੀ ਲੱਗੇ ਹੋਣੇ ਆ ਕੰਮ ਅਜ ਕੰਮ ਨਹੀਂ ਨਹੀਂ ਇੰਨਾ ਕੇਲੇ ਲੱਗਾ ਤੇ ਚਾਂਦੀ ਬਹੁਤ ਲੱਗਿਆ ਪਿੱਤਲ ਬਹੁਤ ਲੱਗਾ ਸੀਗਾ ਉਹਨੂੰ ਪਿੱਤਲ ਦੀਆਂ ਨਾ ਉਹ ਬਣਾ ਕੇ ਲਾਈਆਂ ਸੀਗੀਆਂ ਬਹੁਤ ਵੱਡੇ ਹਾਤੇ ਦਾ ਹਾਂਜੀ ਹਾਂਜੀ ਬਹੁਤ ਵੱਡੇ ਹਾਤੇ ਸੀ ਬਹੁਤ ਵੱਡੇ ਹਾਤੇ ਸੀ ਤਿੰਨ ਭਰਾ ਸੀਗੇ ਹਾਂਜੀ ਸਰਦਾਰ ਇੰਦਰ ਸਿੰਘ ਸਰਦਾਰ ਦੂਲਾ ਸਿੰਘ ਤੇ ਸਰਦਾਰ ਆਤਮਾ ਸਿੰਘ ਹਾਂਜੀ ਸਾਡੇ ਦਾਦਾ ਜੀ ਜਿਹੜੇ ਸਰਦਾਰ ਦੂਲਾ ਸਿੰਘ ਸੀ ਇੰਦਰ ਸਿੰਘ ਉਹਨਾਂ ਤੋਂ ਵੱਡੇ ਸੀ ਤੇ ਸਰਦਾਰ ਆਤਮਾ ਸਿੰਘ ਛੋਟੇ ਸੀ ਹਾਂਜੀ ਸਾਡੇ ਵਾਲ ਸਾਹਿਬ ਇਕੱਲੇ ਹੀ ਸੀਗੇ ਹਾਂਜੀ ਆਤਮਾ ਸਿੰਘ ਦਾ ਬੇਟਾ ਵੀ ਇਕੱਲਾ ਹੀ ਸੀ ਤੇ ਜਿਹੜੇ ਇੰਦਰ ਸਿੰਘ ਦੇ ਉਹਦੇ ਤਿੰਨ ਉਹਨਾਂ ਦੇ ਬੇਟੇ ਇੱਕ ਦਿਨ ਅੱਜ ਜਸਵੰਤ ਸੀਗਾ ਉਹ ਪਿੱਛੇ ਜੇ ਆਏ ਸੀ ਨਾ ਉਹਨਾਂ ਦੇ ਇੱਥੇ ਲਾਹੌਰ ਆਉਂਦੇ ਕੋਈ ਇਮਰਾਨ ਸ਼ਰਾਜ਼ੀ ਆ ਉਹਨਾਂ ਦੇ ਕੋਲ ਆਉਂਦੇ ਰਹੇ ਆ ਕਿਹੜੇ ਇਹ ਜਸਵੰਤ ਸੀਗਾ ਉਹਨਾਂ ਦਾ ਨਾਂ ਨਹੀਂ ਜਸਵੰਤ ਨਹੀਂ ਇਹਨਾਂ ਦੇ ਵਿੱਚੋਂ ਕੋਈ ਜਸਵੰਤ ਨਹੀਂ ਸੀਗਾ ਸਾਡੇ ਬਜ਼ੁਰਗ ਇੱਥੇ ਦੇ ਰਹਿਣ ਵਾਲੇ ਬੰਦੇ ਸੀਗੇ ਬਾਬਾ ਬਦਰ ਸਿੰਘ ਸੀਗਾ ਕੌਮ ਦੇ ਅਨਸਾਰੀ ਸੀਗੇ ਉਹ ਜਦੋਂ ਆਉਂਦੇ ਹੁੰਦੇ ਸੀਗੇ ਤੇ ਇਕੱਠ ਹੋ ਜਾਂਦਾ ਹੁੰਦਾ ਸੀਗਾ ਤੇ ਉਹਨਾਂ ਕੋਲ ਪਰਮਿਸ਼ਨ ਨਹੀਂ ਸੀ ਹੁੰਦੀ ਫਿਰ ਜਲਦੀ ਚਲੇ ਜਾਂਦੇ ਹੁੰਦੇ ਸੀਗੇ ਰੁਕਦੇ ਨਹੀਂ ਸੀ ਇੱਥੇ ਜ਼ਿਆਦਾ ਦੇਰ ਸਾਡੇ ਬਜ਼ੁਰਗ ਜਿਹੜੇ ਉਹ ਦੱਸਦੇ ਹੁੰਦੇ ਸੀ ਤੁਹਾਡੇ ਜਿਹੜੇ ਬਜ਼ੁਰਗਾਂ ਦਾ ਨਾਂ ਲੈਂਦੇ ਹੁੰਦੇ ਸੀ ਫਤਿਹ ਮੁਹੰਮਦ ਹੋਣਾ ਉਹਨਾਂ ਨਾਲ ਮਤਲਬ ਸੀ ਸਾਡਾ ਬਹੁਤ ਬਹੁਤ ਪਿਆਰ ਸੀਗਾ ਪਰ ਚਲੋ ਉਹ ਇੱਥੇ ਰਹਿ ਗਏ ਤੇ ਉਹ ਚਲ ਮਜਬੂਰੀਆਂ ਸੀਗੀਆਂ ਜਿਹੜੇ ਉੱਧਰ ਚਲੇ ਉਹਨਾਂ ਨੂੰ ਉਸ ਗੱਲ ਦਾ ਸਾਨੂੰ ਜਿਹੜਾ ਕਤਲ ਸਾਡੇ ਦਾਦਾ ਜੀ ਕਤਲ ਹੋਇਆ ਨਾ ਉਸ ਗੱਲ ਦਾ ਸਾਨੂੰ ਸਾਡੇ ਨਾਲ ਬਹੁਤ ਚੰਗੀ ਤਰ੍ਹਾਂ ਦੱਸਿਆ ਬਈ ਉਹ 4-5 ਬੰਦੇ ਖੜੇ ਸੀਗੇ ਜਿੱਥੋਂ ਪਹਿਲੋਂ ਜ਼ਿਲ੍ਹੇਦਾਰ ਦੀ ਕਬਰ ਆ ਜਿੱਥੇ ਉੱਥੋਂ ਦੀ ਉਹਨਾਂ ਦੇ ਦਾਦਾ ਜੀ ਲੰਘਣ ਲੱਗੇ ਆ ਚਾਰ ਬੰਦੇ ਉੱਥੇ ਬਰਛੀਆਂ ਲਾ ਕੇ ਖਲੋਤੇ ਚੌਵਾਂ ਨੇ ਇਕੱਠੇ ਵਾਰ ਵਾਰ ਦਿੱਤੇ ਆ ਹਮਲਾ ਕਰਦੇ ਚੌਵਾਂ ਬੰਦਿਆਂ ਨੇ ਇਕੱਠੇ ਵਾਰ ਕਰ ਦਿੱਤਾ ਆ ਤੇ ਚਾਰੇ ਬਰਛੀਆਂ ਜਿਹੜੇ ਲੱਗ ਗਈਆਂ ਨਾ ਉਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਕੱਢਣ ਲੇਕਿਨ ਉਹ ਬੰਦੇ ਜ਼ਿਆਦਾ ਸੀਗੇ ਕਿਰਪਾਨ ਖੁੱਲ ਜਾਂਦੀ ਉਹ ਗਤਕੇ ਦੇ ਇੰਨੇ ਮਤਲਬ ਮਾਹਰ ਸੀ ਹਾਂਜੀ ਹਾਂਜੀ ਬਾਬੂ ਨਹੀਂ ਸੀ ਆਉਣੇ ਉਹਨਾਂ ਕੋਲ 10 ਬੰਦੇ ਨਹੀਂ ਸੀ ਲੱਗੇ ਆਹੀ ਤੇ 4 ਉਹਨੂੰ ਪਏ ਹਾਂ ਨਹੀਂ ਨਹੀਂ ਜੀ ਉਹ ਵਜ੍ਹਾ ਪਤਾ ਕੀ ਇਹਨਾਂ ਦੇ ਦਾਦਾ ਜੀ ਜਵਾਨ ਹੀ ਬੜੇ ਸੀਗੇ ਤਗੜੇ ਹੀ ਬਹੁਤ ਜਵਾਨ ਤਾਂ ਮੈਂ ਦਿਖਾਈ ਆ ਫੋਟੋ ਇੱਥੇ ਤੁਸੀਂ ਤੁਹਾਨੂੰ ਤੁਸੀਂ ਦੇਖੀ ਕਿ ਨਹੀਂ ਦੇਖੀ ਮੈਂ ਲੇਕਿਨ ਮੈਨੂੰ ਪਛਾਣ ਨਹੀਂ ਵੀ ਦਿਖਾਓ ਜੀ ਆ ਬੈਠੇ ਆ ਉਹਨਾਂ ਦੇ ਛੋਟੇ ਭਰਾ ਸੀ ਅੱਛਾ ਚਾਚਾ ਸੀ ਇਹਨਾਂ ਦਾ ਲੜਕਾ ਆਤਮਾ ਸਿੰਘ ਦਾ ਲੜਕਾ ਦਿਲ ਸਦਕੇ ਤੇ ਜੀਆਂ ਨੂੰ ਸੋਹਣੀ ਪੱਗ ਵਾਲੇ ਸਰਦਾਰਾਂ ਨੂੰ ਸਰਦਾ
ਇਦਾਂ ਫੋਨਾਂ ਨਾਲ ਅੱਜ ਕੱਲ ਸਾਰੇ ਜੁੜ ਜਾਂਦੇ ਸਾਡੇ ਬਜ਼ੁਰਗ ਇੱਥੋਂ ਗਏ ਆ ਸਰਦਾਰ ਦੂਲਾ ਸਿੰਘ ਭਲਵਾਨ ਰੋਟੀ ਖਾ ਲੈਣ ਫੇਰ ਕਰਦੇ ਆ ਰੋਟੀ ਖਾਓ ਜੀ ਸ਼ੁਰੂ ਕਰੋ ਚਲੋ ਹਾਂ ਵਾਪਸ ਅਸੀਂ ਲਾਹੌਰ ਜਾਣਾ ਆ ਮੈਂ ਪੰਜਾਬ ਦਾ ਜਨਮ ਮੇਰਾ ਤੁਸੀਂ ਸ਼ੌਕ ਨਹੀਂ ਸਾਡੇ ਬਜ਼ੁਰਗਾਂ ਦੇ ਉੱਥੇ ਮਿੱਟੀ ਪੈਰ ਲੱਗਦੇ ਰਹੇ ਆ ਇੱਥੇ ਰਹਿੰਦੇ ਰਹੇ ਆ ਉਹ ਘੱਟੋ ਘੱਟ ਉਹ ਜੇ 1900 ਦੇ ਨੇੜੇ ਤੇੜੇ ਆਏ ਹੋਣਗੇ ਤੇ 47 ਸਾਲ ਤੇ ਰਹੇ ਹੀ ਨੇ ਇੱਥੇ ਨਾਲ ਨੀ ਜਾਣਾ ਸਾਡੇ ਜਾਣਾ ਤੇਰੇ ਨਾਲ ਦੇਖੋ ਜੀ ਪਾਕਿਸਤਾਨ ਤੇ ਜਦੋਂ ਅਸੀਂ ਆਏ ਹਾਂ ਪਹਿਲੋਂ ਉੱਥੋਂ ਬਾਰਡਰ ਤੋਂ ਜਦੋਂ ਐਂਟਰ ਹੋਏ ਹਾਂ ਉੱਥੋਂ ਹੀ ਸਾਨੂੰ ਪਿਆਰ ਮਿਲਣਾ ਪਹਿਲੋਂ ਸ਼ੁਰੂ ਹੋ ਗਿਆ ਉੱਥੇ ਜਿਹੜਾ ਬਾਰਡਰ ਦੇ ਉੱਤੇ ਜਿਹੜਾ ਇੰਪਲਾਈ ਆ ਹਾਂ ਉਹਨਾਂ ਨੇ ਬਹੁਤ ਮਤਲਬ ਇੱਜ਼ਤ ਮਾਣ ਦਿੱਤਾ ਫਿਰ ਉਹਦੇ ਤੋਂ ਬਾਅਦ ਜਦੋਂ ਰੋਡ ਸੜਕ ਸਿਸਟਮ 'ਤੇ ਅਸੀਂ ਆਏ ਹਾਂ ਰੋਡ ਇੰਨੀ ਵਧੀਆ ਅਤੇ ਜਦੋਂ ਮੋਟਰਵੇ 'ਤੇ ਚੜ੍ਹ ਜਾਈਦਾ ਸਾਨੂੰ ਇੰਝ ਲੱਗਦਾ ਵੀ ਫੋਰਨ ਦੇ ਰੋਡ ਦੇ ਉੱਤੇ ਜਾ ਰਹੇ ਹਾਂ ਬਾਹਰਲੇ ਮੁਲਕਾਂ ਦੇ ਫਿਰ ਉਹਨਾਂ 'ਤੇ ਰੈਸਟ ਏਰੀਆ ਇੰਨੇ ਸ਼ਾਨਦਾਰ ਬਣੇ ਆ ਉੱਥੇ ਨਾ ਵੀ ਭੁੱਖ ਲੱਗੀ ਹੋਵੇ ਤਾਂ ਵੀ ਬਹਿ ਕੇ ਖਾਣ ਨੂੰ ਜੀ ਕਰਦਾ ਵੀ ਖਾ ਹੀ ਲਈਏ ਥੋੜ੍ਹਾ ਬਹੁਤ ਹਾਂਜੀ ਔਰ ਖਾ ਕੇ ਵੀ ਆਏ ਅਸੀਂ ਉੱਥੇ ਹੁਣ ਵੀ ਇਹ ਤਨਵੀਰ ਮੁੰਡਾ ਨਾਲ ਇਹ ਤਦੇ ਕਹਿੰਦਾ ਵੀ ਮੋਟਰਵੇ 'ਤੇ ਚੜ੍ਹ ਗਿਆ ਆਪਾਂ ਇੱਕ ਵਾਰੀ ਚਾਹ ਪੀਵਾਂਗੇ ਚਲੋ ਉੱਥੇ ਵੀ ਪੀ ਲਾਂਗੇ ਪਰ ਇੱਥੇ ਹੁਣ ਜਿਹੜੀ ਇੱਥੇ ਪਿਆਰ ਨਾਲ ਪਿਆਰ ਹੈ
ਉਹ ਵੀ ਪੀਣੀ ਜ਼ਰੂਰੀ ਜਦੋਂ ਵੀ ਚਾਹ ਪੀਣੀ ਨਾ ਤੁਸੀਂ ਸੀ ਮਾਰਟ ਤੋਂ ਪੀਣੀ ਉਹਦੀ ਚਾਹ ਨਾਲ ਦੀ ਚਾਹ ਕੋਈ ਨਹੀਂ ਠੀਕ ਹੈ ਉੱਥੇ ਜਿਹੜੇ ਸੀ ਮਾਰਟ ਬਣੇ ਆ ਨਾ ਹਾਂਜੀ ਹਾਂਜੀ ਪਤਾ ਹੋਣਾ ਤਨਵੀਰ ਨੂੰ ਸਾਰੇ ਹਾਂਜੀ ਮੋਟਰ ਨੇ ਤੁਸੀਂ ਪੀਣੀ ਚਾਹੁੰਦੇ ਤਾਂ ਇਸ ਲੱਗੀ ਜਾਂ ਨਾਲੇ ਚਾਹ ਦੇ ਨਹੀਂ ਨਹੀਂ ਅਸੀਂ ਘਰ ਨਾਲ ਹੀ ਘਰ ਦੀ ਘਰ ਦੀ ਘਰ ਦੀ ਜਿਹੜੀ ਚਾਹ ਹੈ ਨਾ ਉਹ ਵੀ ਪੀਏ ਘਰ ਦੀ ਤਾਂ ਪਾਕਿਸਤਾਨ ਦਾ ਸਭ ਤੋਂ ਟੌਪ ਪਰ ਵੈਜੀਟੇਰੀਅਨ ਫੂਡ ਇੰਨਾ ਸਾਨੂੰ ਵਧੀਆ ਮਿਲਿਆ ਡੇਲੀ ਨਹੀਂ ਕਰਦਾ ਵੀ ਨਾ ਵੀ ਭੁੱਖ ਹੋਵੇ ਤਾਂ ਵੀ ਖਾਣ ਨੂੰ ਦਿਲ ਕਰਦਾ ਹਾਂ ਨਾਲੇ ਅਸੀਂ ਟਾਈਮ ਰੱਖੇ ਆ ਸਵੇਰ ਦੀ ਰੋਟੀ ਦੁਪਹਿਰ ਦੀ ਰੋਟੀ ਸ਼ਾਮ ਦੀ ਰੋਟੀ ਭੁੱਖ ਹੋਵੇ ਨਾ ਹੋਵੇ ਖਾਣੀ ਜ਼ਰੂਰ ਆ ਅਸੀਂ ਹੁਣ ਸਵੇਰੇ ਖਾ ਕੇ ਆਏ ਸੀ ਦੁਪਹਿਰ ਦੀ ਹੁਣ ਤਾਂ ਵੇਖ ਲਓ ਫੇਰ ਵੀ ਖਾਧੀ ਆ ਖਾਧੀ ਹਾਂਜੀ ਹਾਂ ਕਿਉਂਕਿ ਬਹੁਤ ਪਿਆਰ ਨਾਲ ਬਣੀ ਸਾਡੇ ਮੇਜ਼ਬਾਨ ਸੀਗੇ ਜੀ ਰਾਣਾ ਮਨਜ਼ੂਰ ਸਾਹਿਬ ਹਾਂ ਜਿਹੜੇ ਕਿ ਸਾਊਦੀ ਅਰਬ ਹੁੰਦੇ ਆ ਹਾਂ ਉਹਨਾਂ ਨੇ ਆਪਣੇ ਭਰਾਵਾਂ ਦੀ ਭਤੀਜਿਆਂ ਦੀ ਡਿਊਟੀ ਲਾਈ ਸੀਗੀ ਅੱਛਾ ਤੇ ਪਰੌਣੇ ਜਿਹੜੇ ਨਾ ਉਹਨਾਂ ਨੂੰ ਕਿਸੇ ਕਿਸਮ ਦਾ ਅੜਾਂਬਾ ਨਹੀਂ ਆਉਣਾ ਚਾਹੀਦਾ ਅੱਛਾ ਸੁਣਿਆ ਲਓ ਠੀਕ ਨਹੀਂ ਬਹੁਤ ਬਹੁਤ ਵਧੀਆ ਅੱਛਾ ਇੱਕ ਹਵਾ ਬਹੁਤ ਚੱਲਿਆ ਵੇ ਜੀ ਉਧਰ ਕੱਚੇ ਲੋਕ ਕੱਚੇ ਘਰਾਂ 'ਚ ਰਹਿੰਦੇ ਆ ਦੇਖੋ ਸਾਹਮਣੇ ਕੋਠੀ ਬਣ ਡਈ ਕੱਚੇ ਲੋਕ ਕੱਚੇ ਘਰਾਂ 'ਚ ਰਹਿੰਦੇ ਆ ਤੁਸੀਂ ਛੇਤੀ ਨਾ ਚੱਲ ਜਿਓ ਤੁਹਾਡੀ ਅਜੇ ਬਹੁਤ ਲੋੜ ਆ ਮੁੜ ਕੇ ਆ ਗਏ ਅਸੀਂ ਆਪਣੇ ਨਿਆਣਿਆਂ ਨੂੰ ਇੱਕ ਤੁਹਾਨੂੰ ਆਉਣਾ ਹੈ ਕਿਹੜਾ ਕਢਾਈ ਲਵੇ ਖਜ਼ਾਨਾ ਸਾਂਭ ਕੇ ਰੱਖਣਾ ਚਾਹੁੰਦੇ ਹਾਂ ਹਾਂ ਜਿਹੜਾ ਤੁਸੀਂ ਸਾਰੇ ਪਿੰਡ ਦੀ ਹਿਸਟਰੀ ਦੱਸਦੇ ਹੋ ਤੇ ਫੇਰ ਤੁਹਾਡੇ ਵਰਗੇ ਬੰਦੇ ਦੀ ਤੇ ਬਹੁਤ ਲੋੜ ਆ ਹਾਂ ਹਾਂਜੀ ਕਿਸਾਨਾ ਸਾਹਿਬ ਹਾਂਜੀ ਹੋਰ